ਸੋ ਕੁਛ ਜੁਆਇਨਿੰਗਸ ਤੇ ਇਸ ਤੋਂ ਇਲਾਵਾ ਸਰਕਾਰ ਤੇ ਸਵਾਲ ਸਵਾਲ ਚੁੱਕੇ ਗਏ ਖਜ਼ਾਨੇ ਨੂੰ ਲੈ ਕੇ ਤੋ ਖਜ਼ਾਨਾ ਮੰਤਰੀ ਨਾਲ ਗੱਲ ਕਰਨੀ ਲਾਜ਼ਮੀ ਸੀ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨਾਲ ਖਾਸ ਗੱਲਬਾਤ ਕੀਤੀ ਸਾਡੇ ਪੱਤਰਕਾਰ ਸੁਮਿਤ ਜੋਸ਼ੀ ਨੇ ਲੋਕ ਸਭਾ ਚੋਣਾਂ ਨੂੰ ਥੋੜ੍ਹਾ ਸਮਾਂ ਰਹਿ ਚੁੱਲਿਆ ਤਾਂ ਪਾਰਟੀਆਂ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹੈਗੀਆਂ ਨੇ ਜੇ ਕਿਹਾ ਜਾਵੇ ਤਾਂ ਪੰਜਾਬ ਦੇ ਵਿੱਚ ਨਈ ਪਾਰਟੀਆਂ ਦਾ ਆਗਾਜ਼ ਵੀ ਹੋਇਆ ਸਾਡੇ ਨਾਲ ਪਰਮਿੰਦਰ ਢੀਂਡਸਾ ਹੈਗੇ ਨੇ ਢੀਂਡਸਾ ਸਾਹਿਬ ਜੇ ਗੱਲ ਕਰੀਏ ਤਾਂ ਅਕਾਲੀ ਦਲ ਦੀ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਹੈ ਮੈਨੀਫੈਸਟੋ ਬਣਾਉਣਾ ਹੈਗਾ ਕੈਂਡੀਡੇਟਾਂ ਦਾ ਐਲਾਨ ਹੋਣਾ ਹੈ ਕੀ ਤਿਆਰੀਆਂ ਸ਼ੁਰੂ ਹੋ ਗਈਆਂ ਬਿਲਕੁਲ ਪਾਰਟੀ ਪੂਰੀ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਕਰ ਰਹੀ ਹੈ ਪਾਰਟੀ ਵੱਲੋਂ ਜੋ ਹੈ ਵਰਕਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਰੈਲੀਆਂ ਵੀ ਕੀਤੀਆਂ ਜਾਣਗੀਆਂ ਆਉਂਦੇ ਦੋ ਮਹੀਨਿਆਂ ਦੇ ਵਿੱਚ ਉਸ ਤੋਂ ਇਲਾਵਾ ਜਿਹੜਾ ਹੈ ਮੈਨੀਫੈਸਟੋ ਵੀ ਤਿਆਰ ਕੀਤਾ ਜਾਏਗਾ ਅਤੇ ਫਿਰ ਪਾਰਟੀ ਬੈਠ ਕੇ ਜੋ ਉਮੀਦਵਾਰਾਂ ਦਾ ਵੀ ਫੈਸਲਾ ਕਰੇਗੀ ਵੱਡਾ ਮੁੱਦਾ ਕੀ ਦੇਖਦੇ ਹੋ ਸਰਕਾਰ ਦੇ ਤੁਹਾਨੂੰ ਲੱਗਦਾ ਵੀ 2 ਸਾਲ ਹੋਏ ਨੇ ਕੋਈ ਅਜਿਹਾ ਕੰਮ ਜਿਹਦਾ ਵਿਰੋਧ ਕਰਨਾ ਔਖਾ ਹੁੰਦਾ ਦੇਖੋ ਮੁੱਦੇ ਅਸੀਂ 2 ਤਰ੍ਹਾਂ ਦੀ ਹੈ ਇੱਕ ਤਾਂ ਕੇਂਦਰ ਸਰਕਾਰ ਦੀਆਂ ਜੋ ਪ੍ਰਾਪਤੀਆਂ ਨੇ ਜੋ ਪਿਛਲੇ 4-5 ਸਾਲਾਂ ਦੇ ਵਿੱਚ ਜੋ ਐਨਡੀਏ ਦੀ ਸਰਕਾਰ ਹੈ ਉਹਨੇ ਚੰਗੇ ਕੰਮ ਕੀਤੇ ਨੇ ਲੋਕਾਂ ਵਾਸਤੇ ਭਲਾਈ ਦੇ ਕੰਮ ਕੀਤੇ ਨੇ ਅਤੇ ਦੂਸਰਾ ਜੋ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਨੇ ਜੋ 1 ਸਾਲ ਦੇ ਵਿੱਚ ਜਿਸ ਤਰ੍ਹਾਂ ਲੋਕ ਮਯੂਸ ਹੋਏ ਨੇ ਮੌਜੂਦਾ ਸਰਕਾਰ ਤੋਂ ਉਹਦਾ ਜਿਹੜੇ ਮੁੱਦੇ ਅਸੀਂ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਅਤੇ ਕਈ ਜਿਹੜਾ ਝੂਠਾ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਂ ਲੀਡਰਸ਼ਿਪ ਦੇ ਖਿਲਾਫ ਜੋ ਕੀਤਾ ਉਹਦਾ ਵੀ ਅਸੀਂ ਜਿਹੜਾ ਲੋਕਾਂ ਦੇ ਸਾਹਮਣੇ ਆਪਦੀ ਗੱਲ ਪੱਖ ਰੱਖਾਂਗੇ ਕੁਲਵੀਰ ਜੀਰਾ ਦਾ ਜਿਸ ਤਰ੍ਹਾਂ ਦਾ ਬਿਆਨ ਆਇਆ ਹੈਗਾ ਤੁਸੀਂ ਸਮਝਦੇ ਹੋ ਕਿ ਨਸ਼ੇ ਨੂੰ ਲੈ ਕੇ ਪਹਿਲਾਂ ਸੁਰਜੀਤ ਧਮਾਨ ਨੇ ਇੱਕ ਵਾਰੀ ਇਹ ਗੱਲ ਕਹੀ ਸੀਗੀ ਅਤੇ ਦੂਜੀ ਵਾਰੀ ਹੁਣ ਕੁਲਵੀਰ ਜੀਰਾ ਇਹ ਗੱਲ ਕਹਿੰਦੇ ਨੇ ਕਿਵੇਂ ਸਮਝਦੇ ਹੋ ਸੰਜੀਦਗੀ ਸ਼ਾਇਦ ਸਰਕਾਰ ਦੀ ਨਹੀਂ ਹੈਗੀ ਆਪਦੇ ਵਿਧਾਇਕ ਹੀ ਨਹੀਂ ਨਾ ਦੇਖੋ ਜੋ ਉਹਨਾਂ ਨੇ ਮੁੱਦਾ ਉਠਾਇਆ ਹੈ ਬੜਾ ਸੀਰੀਅਸ ਹੈ ਐਲੀਗੇਸ਼ਨ ਲੱਗੇ ਨੇ ਕਾਊਂਟਰ ਐਲੀਗੇਸ਼ਨਸ ਲੱਗੇ ਨੇ ਉਹਨਾਂ ਦੀ ਨਿਰਪੱਖ ਜਾਂਚ ਹੋਵੇ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਸਾਡੀ ਤਾਂ ਇਹੀ ਮੰਗ ਹੈ ਕਿਉਂਕਿ ਦੋਨੇ ਪਾਸੋਂ ਬੜੇ ਸੀਰੀਅਸ ਐਲੀਗੇਸ਼ਨ ਲੱਗੇ ਨੇ ਅਤੇ ਆਪਣਾ ਜੀਰਾ ਸਾਹਿਬ ਨੇ ਵੀ ਜਿਹੜੇ ਐਲੀਗੇਸ਼ਨ ਲਾਏ ਨੇ ਅਫਸਰ ਦੇ ਖਿਲਾਫ ਉਹ ਵੀ ਬੜੇ ਸੀਰੀਅਸ ਨੇ ਅਤੇ ਦੂਜਾ ਜੋ ਠੇਕੇਦਾਰਾਂ ਨੇ ਉਹਨਾਂ ਦੇ ਖਿਲਾਫ ਲਾਏ ਨੇ ਜੀਰਾ ਜੀ ਦੇ ਖਿਲਾਫ ਉਹ ਵੀ ਬੜੇ ਸੀਰੀਅਸ ਐਲੀਗੇਸ਼ਨ ਨੇ ਸੋ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਸਰਕਾਰ ਜਿਹੜਾ ਵੀ ਦੋਸ਼ੀ ਹੈ ਉਹਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਲਾਸਟ ਇਹ ਪੁੱਛੂੰਗਾ ਕਿ ਮੁੱਖ ਵਿਰੋਧੀ ਦੇਖਦੇ ਹੋ ਜੇ ਤੁਸੀਂ ਕਾਂਗਰਸ ਨੂੰ ਦੇਖਦੇ ਹੋ ਆਮ ਆਦਮੀ ਪਾਰਟੀ ਨੂੰ ਦੇਖਦੇ ਹੋ ਜਾਂ ਤੀਜਾ ਫਰੰਟ ਜਿਵੇਂ ਹੁਣ ਖੜਾ ਹੋ ਗਿਆ ਖਹਿਰਾ ਦੇ ਨਾਲ ਬ੍ਰਹਮਪੁਰਾ ਵੀ ਰਲ ਗਏ ਨਹੀਂ ਮੁਕਤੀਪੂਰਨ ਕਿਹੜਾ ਦੇਖੋ ਮੁੱਖ ਵਿਰੋਧੀ ਹਮੇਸ਼ਾ ਹੀ ਕਾਂਗਰਸ ਰਹੀ ਹੈ ਅਤੇ ਕਾਂਗਰਸ ਰਹੇਗੀ ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਹੀ ਨਿਸ਼ਾਨਾ ਹੈ ਵੀ ਕਾਂਗਰਸ ਜਿਹੜੀ ਹੈ ਉਹ ਪੰਜਾਬ ਦੀ ਜਿਹੜੀ ਹੈ ਦੁਸ਼ਮਣ ਜਮਾਤ ਹੈ ਅੱਜ ਤੱਕ ਪੰਜਾਬ ਨਾਲ ਜੋ ਧੱਕੇ ਹੋਏ ਜੋ ਉਹਨਾਂ ਨੇ ਦੇਸ਼ ਦੇ ਵਿੱਚ ਲੁੱਟ ਮਚਾਈ ਉਹ ਪਾਰਟੀ ਨਾਲ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਰਲੀ ਨਹੀਂ ਸਕਦੀ ਸੋ ਅਸੀਂ ਕਾਂਗਰਸ ਦੇ ਖਿਲਾਫ ਹੀ ਜਿਹੜਾ ਇਹ ਲੜਾਈ ਆਪਦੀ ਸਮਝਦੇ ਹਾਂ ਅਤੇ ਪਾਰਟੀਆਂ ਹੋਰ ਵੀ ਪੰਜਾਬ ਦੇ ਵਿੱਚ ਸਮੇਂ ਸਮੇਂ 'ਤੇ ਬਹੁਤ ਬਣੀਆਂ ਪਰ ਕੋਈ ਵੀ ਆਪਦਾ ਆਧਾਰ ਨਹੀਂ ਬਣਾ ਸਕੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਹੀ ਦੋ ਮੁੱਖ ਧਿਰਾਂ ਜਿਹੜੀਆਂ ਚੋਣ ਲੜੀਆਂ ਕਿ ਜਿਸ ਤਰ੍ਹਾਂ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਸਾਫ਼ ਤੌਰ 'ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਕੇਂਦਰ ਦੀ ਜੋ ਪੰਜਾਬ ਨੂੰ ਦਿੱਤੀਆਂ ਦੇਣਾ ਨੇ ਉਹ ਵੱਡਾ ਮੁੱਦਾ ਰਹੇਗਾ ਕਿ ਲੋਕਾਂ ਦੇ ਵਿੱਚ ਕਿਵੇਂ ਬਣਾਉਣਾ ਹੈਗਾ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਉਹ ਸਾਹਮਣੇ ਰਹਿਣੀਆਂ ਜੋ ਕਿ ਸਰਕਾਰ 2 ਸਾਲਾਂ ਦੇ ਵਿੱਚ ਕੁਝ ਵੀ ਕਰਕੇ ਲੋਕਾਂ ਦੇ ਫਾਇਦੇ ਲਈ ਨਹੀਂ ਸਾਹਮਣੇ ਰੱਖ ਪਾਈ ਵੀਡੀਓ ਜਰਨਲਿਸਟ ਮੋਹਨ ਦੇ ਨਾਲ ਸੁਮਿਤ ਜੋਸ਼ੀ ਲਿਵਿੰਗ ਇੰਡੀਆ ਨਿਊਜ਼